ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਸਾਰੇ ਠੀਕ ਠਾਕ ਹੋਵੋਗੇ? ਸੋ ਅੱਜ ਆਪਾਂ ਕੰਮ 'ਤੇ ਸੀਗੇ, ਮੈਂ ਕਿਹਾ ਚਲੋ ਬਲੌਗ ਬਣਾ ਦਈਏ। ਅਤੇ ਅੱਜ ਦੇ ਬਲੌਗ ਦਾ ਵੈਸੇ ਤਾਂ ਸਾਰਿਆਂ ਨੂੰ ਪਹਿਲਾਂ ਪਤਾ ਲੱਗ ਹੀ ਗਿਆ ਹੋਣਾ, ਬਹੁਤ ਵੀਡੀਓ ਪੈ ਚੁੱਕੀਆਂ ਨੇ। ਅਤੇ ਵੀ ਜਿਹੜਾ ਆਪਣਾ ਡਰਾਅ ਆਇਆ ਗਾ, ਮਤਲਬ PR ਨੂੰ ਲੈ ਕੇ ਕੁਛ ਤੁਹਾਨੂੰ ਅਧੂਰੀ ਜਾਣਕਾਰੀ ਹੋਊਗੀ, ਇਹਨਾਂ ਨੂੰ ਪੂਰੀ ਵੀ ਹੋਣੀ ਹੈ ਨਾ, ਵੀ PR ਆ ਜਿਹੜੀ ਸੌਖੀ ਹੋਊਗੀ, ਕਿਵੇਂ ਸੌਖੀ ਹੋਊਗੀ ਉਹ ਆਪਾਂ ਦੱਸਾਂਗੇ ਹੈ ਨਾ ਤੁਹਾਨੂੰ ਆਹ ਵੀਡੀਓ ਦੇ ਵਿੱਚ। ਫਰੋਮ ਸਮਵਨ ਹੂ ਇਜ਼ ਹੇਅਰ ਐਜ਼ ਅ ਟੈਂਪਰਰੀ ਵਰਕਰ ਔਰ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ To becoming a permanent resident. And what does that mean on an individual basis for that individual, for the person who is here to take those steps in becoming Canadian? So, ek nama policy aayi hai inna di PR de liye jehde international student ne, ya do tin category unna de vich hor ne, mostly international student hi cover hunde ohde vich. ਅਤੇ ਇੱਕ ਪੋਲਿਸੀ ਨਵੀਂ ਕੱਢੀ ਇਹਨਾਂ ਨੇ, ਪਾਥਵੇ ਪ੍ਰੋਗਰਾਮ ਵੀ, ਜਿਹਦੇ ਵਿੱਚ ਇਹਨਾਂ ਨੇ 90,000 ਬੰਦੇ ਨੂੰ ਪੱਕੇ ਕਰਨਾ, ਉਹਦੇ ਵਿੱਚ 40,000 ਇੰਟਰਨੈਸ਼ਨਲ ਸਟੂਡੈਂਟ ਸਿੱਧੇ ਪੱਕੇ ਕਰਨੇ ਹਨ। ਅਤੇ ਬਾਕੀ ਕੁਝ ਏ ਲੈਵਲ ਜਾਂ ਬੀ ਨੌਕ ਦੀਆਂ ਸੈਸ਼ਲ ਵਰਕਰ ਨੇ ਕੁਝ, ਉਹ ਪੱਕੇ ਕਰਨੇ। ਉਹਦੇ ਵਿੱਚ ਬੇਸਿਕਲੀ ਹੈਗਾ ਕੀ ਆ, ਪਹਿਲਾਂ ਕੀ ਹੁੰਦਾ ਸੀ, ਜਿਹੜੀ ਆਪਣੀ PR ਹੁੰਦੀ ਸੀ ਕੈਨੇਡਾ ਦੀ, ਇੰਟਰਨੈਸ਼ਨਲ ਸਟੂਡੈਂਟ ਆਉਂਦੇ ਸੀ ਹੈ ਨਾ ਇੱਥੇ, ਤਾਂ ਤੁਹਾਨੂੰ 2 ਸਾਲ ਆਪਦੀ, 1 ਸਾਲ ਸਟੱਡੀ ਪੂਰੀ ਕਰਦੇ ਸੀ, 1 ਸਾਲ ਕਿਸੇ ਵੀ ਨੌਕ ਏ ਜਾਂ ਬੀ ਲੈਵਲ ਦੀ ਜੋਬ, ਵਧੀਆ ਲੈਵਲ ਦੀ ਜੋਬ 'ਤੇ ਹੈ ਨਾ ਐਕਸਪੀਰੀਅੰਸ ਗੇਨ ਕਰਨਾ ਪੈਂਦਾ 1 ਸਾਲ ਦਾ। ਕਈ LMI ਵੀ ਖਰੀਦਦੇ ਸੀ, 20-30 ਹਜ਼ਾਰ ਡਾਲਰ ਦੀਆਂ। ਫਿਰ ਤੁਸੀਂ ਆਪਦਾ 7 ਬੈਂਡ ਲੈ ਕੇ, 8 ਬੈਂਡ ਹੈ ਨਾ, CLB 9 ਲੈਂਦੇ ਸੀਗੇ, 7-7-8 ਲੈ ਕੇ, 777-8 ਲੈ ਕੇ ਨਾ ਆਪਦਾ PR ਦਾ ਜਿਹੜਾ ਅੱਗੇ ਫਾਈਲ ਲਾਉਂਦੇ ਸੀ, ਫਿਰ ਵੀ ਤੁਹਾਡੇ ਪੁਆਇੰਟ ਨਹੀਂ ਬਣਦੇ ਸੀ। +2 ਵਾਲਿਆਂ ਦੇ ਤਾਂ ਜਮੇ ਨਹੀਂ ਬਣਦੇ ਸੀ, ਬਟ ਹੁਣ ਇਹਨਾਂ ਨੇ ਪੁਆਇੰਟ ਸਿਸਟਮ ਇਹਦੇ ਵਿੱਚ ਕੋਈ ਚੀਜ਼ ਨਹੀਂ ਰਹਿ ਗਈ ਇੱਕ ਤਰ੍ਹਾਂ ਦੀ। ਇਹਨਾਂ ਨੇ ਵਿਦਆਊਟ ਐਕਸਪੀਰੀਅੰਸ ਹੀ 40,000 ਜਿਹੜਾ ਸਟੂਡੈਂਟ ਆ ਪੱਕਾ ਕਰਨਾ, ਸਿਰਫ ਉਹਦੇ ਵਿੱਚ ਕੰਡੀਸ਼ਨ 2-3 ਨੇ। ਇੱਕ ਤਾਂ ਤੁਹਾਡੀ IELTS ਚਾਹੀਦੀ ਆ, ਤੁਹਾਨੂੰ 4 ਜਾਂ 5 ਬੈਂਡ ਚਾਹੀਦੇ ਨੇ IELTS ਦੇ, ਉਹਨਾਂ ਨੇ ਰਿਕੁਆਇਰਮੈਂਟ ਦਿੱਤੀ ਹੋਈ ਆ, ਤੁਸੀਂ ਚੈੱਕ ਕਰ ਸਕਦੇ ਹੋ। ਚਲੋ 6 ਮੰਨ ਕੇ ਵੀ ਚੱਲ ਗਏ ਹੈ ਨਾ। ਅਤੇ ਦੂਸਰੀ ਰਿਕੁਆਇਰਮੈਂਟ ਕੀ ਹੈਗੀ ਹੈ, ਵੀ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ। ਅਤੇ ਕਹਿਣ ਤੁਸੀਂ 2017 ਤੋਂ ਲੈ ਕੇ ਇਹਨਾਂ ਨੇ ਦਿੱਤਾ ਟਾਈਮ ਪੀਰੀਅਡ, ਮੇਰੇ ਐਗਜੈਕਟ ਯਾਦ ਨਹੀਂ ਹੈਗਾ, ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ ਇੱਥੇ, ਤਾਂ ਤੁਸੀਂ ਆਪਦੀ PR ਦੀ ਜਿਹੜੀ ਫਾਈਲ ਆ ਉਹ ਲਾ ਸਕਦੇ ਹੋ। ਹੋਰ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਇਹਦੀ। ਸੋ ਇਸ ਹਿਸਾਬ ਨਾਲ PR ਬਹੁਤ ਈਜ਼ੀ ਆ, ਕੋਈ ਤੁਹਾਨੂੰ ਐਕਸਪੀਰੀਅੰਸ ਨਹੀਂ ਚਾਹੀਦਾ 1 ਸਾਲ ਦਾ, ਕਿਸੇ ਨੌਕ ਏ ਜਾਂ ਬੀ ਲੈਵਲ ਦੀ ਜੋਬ ਦਾ ਕੋਈ ਐਕਸਪੀਰੀਅੰਸ ਨਹੀਂ ਚਾਹੀਦਾ ਹੈ ਨਾ। ਅਤੇ ਨਾ ਹੀ ਤੁਹਾਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ, ਬਸ ਤੁਸੀਂ ਸਟਿਲ ਜੋਬ ਕਰਦੇ ਹੋਣੇ ਚਾਹੀਦੇ ਹੋ, A, B ਜਾਂ C ਲੈਵਲ ਦੀ, 0 ਲੈਵਲ ਦੀ ਕੋਈ ਵੀ ਹੈ ਨਾ ਨੌਕ ਦੀ ਤੁਸੀਂ ਜੋਬ ਸਟਿਲ ਕਰ ਰਹੇ ਹੋ, ਅਤੇ ਤੁਹਾਡੇ ਕੋਲ IELTS ਹੋਵੇ ਜਿੰਨੇ ਬੈਂਡ ਉਹਨਾਂ ਨੇ ਕਿਹਾ, 5 ਜਾਂ 6 ਬੈਂਡ ਹੈ ਨਾ, ਅਤੇ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ, ਤੁਸੀਂ ਆਪਦੀ PR ਦੀ ਫਾਈਲ ਲਾ ਸਕਦੇ ਹੋ। ਜਿਵੇਂ ਹੁਣ ਮੇਰਾ ਲਾਸਟ ਸਮੈਸਟਰ ਸੀ, ਮੈਂ ਚਲੋ ਨਹੀਂ ਲਾ ਸਕਦਾ, ਬਟ ਜਦੋਂ ਮੈਂ ਗ੍ਰੈਜੂਏਟ ਹੋਊਂਗਾ, ਅਗਰ ਮੇਰੇ ਕੋਲ IELTS ਦਾ ਹੈਗਾ ਸਕੋਰ, ਜੋਬ ਮੇਰੀ ਚੱਲ ਹੀ ਰਹੀ ਆ, ਸੋ ਮੈਂ ਵੀ ਆਪਦੀ ਲਾ ਸਕਦਾ ਜਿਵੇਂ ਫਾਈਲ। ਸੋ ਇਹ ਫਾਈਲ ਸਟਾਰਟ ਹੋਣੀਆਂ ਨੇ 6 ਮਈ ਤੋਂ ਨਵੰਬਰ ਤੱਕ, ਤੁਸੀਂ ਲਾ ਸਕਦੇ ਹੋ। ਬਹੁਤ ਇਹ ਤਾਂ ਮਈ ਦੇ ਵਿੱਚ ਹੀ ਫਿੱਲ ਹੋ ਜਾਣੀਆਂ, 40,000 ਬਹੁਤ ਘੱਟ ਵੈਕੈਂਸੀ ਆ, ਬਹੁਤ ਸਟੂਡੈਂਟ ਬੈਠਾ ਹੈ ਨਾ। ਅਤੇ ਬਟ ਇੱਦਾਂ ਦੇ ਤੁਹਾਨੂੰ ਹੋਰ ਪਾਥਵੇ ਪ੍ਰੋਗਰਾਮ ਇੱਦੋਂ ਵੀ ਸੌਖੇ ਮਿਲਣਗੇ ਆਉਣ ਵਿੱਚ, ਫਿਊਚਰ ਦੇ ਵਿੱਚ ਦੇਖਣ ਨੂੰ ਮਿਲਣਗੇ। ਕਿਉਂਕਿ ਹੁਣ ਮੇਨਲੀ ਕੀ ਆ, ਇਹਨਾਂ ਦਾ 4 ਲੱਖ ਬੰਦੇ ਦਾ ਟਾਰਗੇਟ ਆ ਹੈ ਨਾ, ਆਏ ਸਾਲ ਇਹਨਾਂ ਨੇ 4 ਲੱਖ ਪੱਕਾ ਕਰਨਾ, ਜਿਵੇਂ 3 ਸਾਲ ਦਾ ਟਾਰਗੇਟ ਦਿੱਤਾ ਹੋਇਆ ਇਹਨਾਂ ਨੇ 2023 ਤੱਕ ਦਾ। ਸੋ ਉਹ 4 ਲੱਖ ਦੇ ਵਿੱਚ ਉਹ ਲੱਖ ਵੀ ਨਹੀਂ ਹੋਇਆ ਹੈ ਨਾ, 25 ਲੱਖ ਜਾਂ 1.5 ਲੱਖ 2 ਲੱਖ ਬੰਦਾ ਮਸਾਂ ਹੋਇਆ ਹੋਊ। 4 ਲੱਖ ਤਾਂ ਆਹ ਸਾਲ ਦਾ ਟਾਰਗੇਟ ਆ, ਆਹ ਸਾਲ 'ਚ ਆਪਣੇ ਹੋਇਆ ਕੁਛ ਦੇਖਣ ਨੂੰ ਮਿਲ ਰਿਹਾ, ਤਾਂ 2021-22 ਹੈ ਨਾ, ਆ 21 ਦੇ ਵਿੱਚ ਹੋ ਜਾਣੇ ਆ, 22 ਅਤੇ 23 ਦੇ ਵਿੱਚ ਦੇਖੋ ਤੁਸੀਂ ਕਿੰਨਾ ਥੱਲੇ ਦਾ ਕਮਨ ਸਕੋਰ ਦੇਖਣ ਨੂੰ ਮਿਲਣਗੇ, ਜਾਂ ਹੋਰ ਪਾਥਵੇ ਕਿੰਨੇ ਤਰ੍ਹਾਂ ਦੇ ਪ੍ਰੋਗਰਾਮ ਦੇਖਣ ਨੂੰ ਮਿਲਣਗੇ। ਸੋ ਰਾਈਟ ਟਾਈਮ ਆ ਇਹ, ਜੇ ਤੁਸੀਂ ਸੋਚ ਰਹੇ ਹੋ ਨਾ ਵੀ ਸਟੱਡੀ ਕਰਨ ਦਾ ਕਿਤੇ ਬਾਹਰ, ਇੰਟਰਨੈਸ਼ਨਲ ਸਟੱਡੀ ਕਰਨ ਦਾ ਸੋਚ ਰਹੇ ਹੋ ਨਾ, ਆਸਟ੍ਰੇਲੀਆ ਕਰਨ ਤੁਹਾਡੇ ਮਾਇੰਡ ਦੇ ਵਿੱਚ ਹੋਊਗਾ, ਬਟ ਕੈਨੇਡਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਵਧੀਆ ਆਪਸ਼ਨ ਆ ਤੁਹਾਡੇ ਲਈ। PR ਦੇ ਮੁਕਾਬਲੇ ਕੈਨੇਡਾ ਅੱਜ ਦੇ ਟਾਈਮ ਵਿੱਚ ਮੈਂ ਕਹਿੰਦਾ ਸਾਰੀਆਂ ਕੰਟਰੀ ਨਾਲੋਂ ਵਧੀਆ ਆਪਦਾ 100% ਦੇ ਰਿਹਾ, ਇੰਟਰਨੈਸ਼ਨਲ ਸਟੂਡੈਂਟਸ ਲਈ ਪੂਰਾ ਬਹੁਤ ਵਧੀਆ ਬੈਨੀਫਿਟ ਆ ਨਾ। ਪਹਿਲਾਂ ਵੀ ਜੇ 26,000 ਸਿੱਧੇ ਇੰਟਰਨੈਸ਼ਨਲ ਸਟੂਡੈਂਟ ਪੱਕੇ ਹੋਏ ਸੀ, ਉਹ ਡਰਾ ਦੇ ਵਿੱਚ ਵੀ CRB ਸਕੋਰ ਜਿਹੜਾ 75 ਆਇਆ ਸੀਗਾ, ਬਹੁਤ ਫਾਈਲਾਂ ਚੱਕੀਆਂ ਗਈਆਂ ਸੀ ਹੁਣ ਵੀ। ਸੋ ਮੇਨ ਫੋਕਸ ਇਹਨਾਂ ਦਾ ਹੁਣ ਉਹਨਾਂ 'ਤੇ ਆ ਜਿਹੜੇ ਸਟੂਡੈਂਟ ਇੱਥੇ ਸਟਿਲ ਸਟੱਡੀ ਕਰ ਰਹੇ ਨੇ, ਚਾਹੇ ਤੁਹਾਡਾ ਲਾਸਟ ਸਮੈਸਟਰ ਆ, ਦੂਜਾ ਸਮੈਸਟਰ ਆ, ਚਾਹੇ ਕਦੋਂ ਵੀ ਆਏ ਸੀ ਤੁਸੀਂ, ਤੁਸੀਂ ਪੱਕੇ ਇੱਕ ਤਰ੍ਹਾਂ ਨਾਲ ਹੋ ਹੀ ਜਾਣਾ 2023 ਤੱਕ ਹੈ ਨਾ। ਬਾਕੀ ਜਿਹੜੇ ਆ ਰਹੇ ਨੇ ਉਹਨਾਂ ਲਈ ਵੀ ਫਿਊਚਰ ਦੇ ਵਿੱਚ ਬਹੁਤ ਵਧੀਆ ਹੀ ਹੋਣ ਵਾਲਾ, ਜਦੋਂ ਕਰੋਨਾ ਸਹੀ ਹੋਊਗਾ ਜਾਂ ਉਦੋਂ ਬਾਅਦ ਫੋਕਸ ਇਹਨਾਂ ਦਾ ਉਹਨਾਂ 'ਤੇ ਹੋਊਗਾ ਵੀ ਬਾਹਰੋਂ ਅਸੀਂ ਇਮੀਗ੍ਰੈਂਟ ਨੂੰ ਕਿੱਦਾਂ ਸੱਦਣਾ, ਜਿਵੇਂ ਟੂਰਿਸਟ ਵੀਜ਼ੇ 'ਤੇ ਸਟੂਡੈਂਟ ਵੇ, ਉਹਨਾਂ 'ਤੇ ਫੋਕਸ ਹੋਊਗਾ ਨਾ। ਸਟੂਡੈਂਟ ਤਾਂ ਚਲੋ ਫਿਲਹਾਲ ਹਜੇ ਵੀ ਪ੍ਰੋਸੈਸ ਹੋ ਰਹੀ ਹੈ, ਮੇਨ ਫੋਕਸ ਚਲੋ ਇਹਨਾਂ ਦਾ ਹੈਗਾ ਹੁਣ PR ਦੇ ਬੰਨੀ। ਸੋ PR ਦੇ ਵਿੱਚ ਬਹੁਤ ਆਪਾਂ ਨੂੰ ਹੈਰਾਨੀਜਨਕ ਚੀਜ਼ਾਂ, ਡਰੋਜ਼, ਪਾਥਵੇ ਪ੍ਰੋਗਰਾਮ ਮਿਲ ਰਹੇ ਨੇ। ਸੋ ਵਧੀਆ ਚਾਂਸ ਆ ਜਿਹੜੇ ਕਿਸੇ ਨੇ ਕੈਨੇਡਾ ਆਉਣਾ ਹੈ ਨਾ, ਸਟੂਡੈਂਟ ਲਈ ਬਹੁਤ ਵਧੀਆ ਆਪਸ਼ਨ। ਜੇ ਤੁਸੀਂ ਇੱਥੇ ਸਟੱਡੀ ਕਰ ਰਹੇ ਹੋ ਤਾਂ ਤੁਸੀਂ ਲੱਕੀ ਹੋ, ਮੈਂ ਕਹਿੰਦਾ ਅੱਜ ਦੇ ਟਾਈਮ ਦਾ ਲੱਕੀ ਬੰਦਾ ਉਹੀ ਆ ਜਿਹੜਾ ਇੱਥੇ ਸਟੱਡੀ ਪੂਰੀ ਕਰ ਚੁੱਕਿਆ ਜਾਂ ਸਟੱਡੀ ਕਰ ਰਿਹਾ। ਕਿਉਂਕਿ ਨਹੀਂ, ਮੈਨੂੰ ਪਤਾ ਕਾਫੀ ਬੰਦੇ ਸਟੂਡੈਂਟ ਮੈਂ ਦੇਖਿਆ 4-4, 5-5 ਸਾਲਾਂ 'ਚ ਹੋਏ ਆ, ਚਲ ਹੋ ਤਾਂ ਸਾਰੇ ਹੀ ਜਾਂਦੇ ਆ, ਬਟ ਜਿਹੜਾ ਉਹ ਸਟਰਗਲਿੰਗ ਟਾਈਮ ਹੁੰਦਾ ਨਾ, ਉਹ ਬਹੁਤ ਔਖਾ ਹੁੰਦਾ। ਸੋ ਬਾਕੀ ਸਾਰਿਆਂ ਲਈ ਵਧੀਆ ਹੀ ਹੋਵੇ ਆਪਾਂ ਤਾਂ ਕਹਿੰਦੇ ਹਾਂ।